ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਵੀਡੀਓ ਹੋਇਆ ਵਾਇਰਲ। ਚਸ਼ਮਦੀਦਾਂ ਵੱਲੋਂ ਕੀਤੇ ਗਏ ਨੇ ਵੱਡੇ ਖੁਲਾਸੇ। ਖਾਲਿਸਤਾਨੀ ਪੱਖੀ ਨੇਤਾ ਹਰਦੀਪ ਸਿੰਘ ਨਿੱਜਰ, ਜੋ ਕਿ ਕੈਨੇਡਾ ਦੇ ਵਿੱਚ ਰਹਿੰਦੇ ਸੀ, ਜਿਸ ਨੂੰ ਜੂਨ 2023 ਦੇ ਵਿੱਚ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਮਾਮਲਾ ਕਾਫੀ ਭਖਿਆ ਸੀ ਅਤੇ ਉਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਆਪਸੀ ਸੰਬੰਧ ਤਣਾ ਤਣੀ ਵਾਲੇ ਵੀ ਹੋ ਗਏ ਸਨ। ਪਰ ਹੁਣ ਕੈਨੇਡਾ ਨੇ ਨਿੱਜਰ ਦੇ ਕਤਲ ਦੇ ਇਲਜ਼ਾਮ ਭਾਰਤ ਦੇ ਲਗਾਏ ਸੀ ਅਤੇ ਜਿਸ ਕਾਰਨ ਮਾਹੌਲ ਗਰਮਾ ਗਿਆ ਸੀ ਅਤੇ ਹੁਣ ਨਿੱਜਰ ਦੇ ਕਤਲ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਅਤੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ, ਜੋ ਕਿ ਵੱਖਵਾਦੀ ਨੇਤਾ ਨੇ, ਅਤੇ ਉਹਦਾ ਕਤਲ ਦਾ CCTV ਫੁਟੇਜ ਵਾਲਾ ਵੀਡੀਓ ਸਾਹਮਣੇ ਆ ਚੁੱਕਿਆ, ਜਿਸ ਦੇ ਵਿੱਚ ਹਥਿਆਰਬੰਦ ਵਿਅਕਤੀਆਂ ਵੱਲੋਂ ਨਿੱਜਰ ਨੂੰ ਗੋਲੀ ਮਾਰਦੇ ਹੋਏ ਦਿਖਾਇਆ ਗਿਆ। ਅਤੇ ਕੈਨੇਡਾ ਤੋਂ ਇੱਕ ਨਿੱਜੀ ਅਖਬਾਰ ਦੇ ਚੈਨਲ ਦੀ ਰਿਪੋਰਟ ਮੁਤਾਬਕ ਇਸ ਨੂੰ ਕੰਟਰੈਕਟ ਕਿਲਿੰਗ ਦਾ ਨਾਮ ਦਿੱਤਾ ਗਿਆ। ਅਸਲ 'ਚ ਮਾਮਲਾ ਕੀ ਹੈ ਕਿ ਕੈਨੇਡਾ ਅਧਾਰਤ ਇੱਕ ਨਿੱਜੀ ਖਬਰਾਂ ਦੇ ਚੈਨਲ ਦੀ ਰਿਪੋਰਟ ਮੁਤਾਬਕ ਇਹ ਹੈ ਕਿ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੀ ਕਥਿਤ ਵੀਡੀਓ ਫੁਟੇਜ ਵੀ ਸਾਹਮਣੇ ਆਈ ਹੈ ਅਤੇ ਇਸ ਵੀਡੀਓ ਦੇ ਵਿੱਚ ਕੁਝ ਹਥਿਆਰਬੰਦ ਲੋਕ ਜਿਹੜੇ ਨਿੱਜਰ ਉੱਤੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਨੇ ਅਤੇ ਉਸ ਨਿੱਜੀ ਅਖਬਾਰ ਦੇ ਚੈਨਲ ਨੇ ਇਸ ਨੂੰ ਕੰਟਰੈਕਟ ਕਿਲਿੰਗ ਕਿਹਾ ਅਤੇ ਨਾਲ ਨਾਲ ਨਿੱਜੀ ਅਖਬਾਰ ਦੇ ਚੈਨਲ ਦਾ ਕਹਿਣਾ ਇਹ ਵੀ ਹੈ ਕਿ ਉਸ ਨੇ ਇਹ ਵੀਡੀਓ ਦਾ 5th Estate ਤੋਂ ਪ੍ਰਾਪਤ ਕੀਤਾ ਅਤੇ ਕਈ ਸਰੋਤਾਂ ਨਾਲ ਸੁਤੰਤਰ ਤੌਰ 'ਤੇ ਇਸ ਦੀ ਪੁਸ਼ਟੀ ਕੀਤੀ। ਇਸ ਹਮਲੇ ਨੂੰ ਤਾਲਮੇਲ ਵਾਲਾ ਹਮਲਾ ਦੱਸਿਆ ਗਿਆ, ਜਿਸ ਵਿੱਚ 6 ਆਦਮੀ ਅਤੇ 2 ਵਾਹਨ ਸ਼ਾਮਲ। ਵੀਡੀਓ ਵਿੱਚ ਨਿੱਜਰ ਨੂੰ ਗੁਰਦੁਆਰੇ ਦੀ ਪਾਰਕਿੰਗ ਤੋਂ ਬਾਹਰ ਜਾਂਦੇ ਹੋਏ ਦਿਖਾਇਆ ਗਿਆ ਅਤੇ ਜਿਵੇਂ ਹੀ ਉਹ ਬਾਹਰ ਨਿਕਲਣ ਦੇ ਨੇੜੇ ਪਹੁੰਚਦਾ ਤਾਂ ਇੱਕ ਚਿੱਟੀ ਸੈਡਾਨ ਉਸਦੇ ਸਾਹਮਣੇ ਆ ਗਈ ਅਤੇ ਜਿਸ ਨਾਲ ਉਸਦਾ ਡਾਜ ਰੈਮ ਪਿਕਅਪ ਟਰੱਕ ਜਿਹੜਾ ਉਹ ਰੁਕ ਗਿਆ। ਨਿੱਜੀ ਅਖਬਾਰ ਦੇ ਚੈਨਲਾਂ ਦੀਆਂ ਰਿਪੋਰਟਾਂ ਦੇ ਮੁਤਾਬਕ ਸਿਲਵਰ ਟੋਇਟਾ ਕੈਮਰੀ ਵਿੱਚ ਭੱਜਣ ਤੋਂ ਪਹਿਲਾਂ 2 ਆਦਮੀ ਭੱਜਦੇ ਨੇ ਅਤੇ ਨਿੱਜਰ ਨੂੰ ਗੋਲੀਆਂ ਮਾਰ ਦਿੰਦੇ ਨੇ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਚਸ਼ਮਦੀਦ ਜਿਹੜੇ ਨੇ ਉਹ ਮੌਕੇ 'ਤੇ ਪਹੁੰਚੇ ਅਤੇ 2 ਗਵਾਹ ਜੋ ਘਟਨਾ ਦੇ ਸਮੇਂ ਨੇੜੇ ਦੇ ਇੱਕ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸਨ, ਉਹਨਾਂ ਨੇ ਖੁਲਾਸਾ ਕੀਤਾ ਕਿ ਉਹ ਘਟਨਾ ਸਥਾਨ ਵੱਲ ਭੱਜੇ ਜਿੱਥੋਂ ਗੋਲੀਆਂ ਦੀ ਆਵਾਜ਼ ਆਈ ਅਤੇ ਹਮਲਾਵਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਨਿੱਜਰ ਕਤਲਕਾਂਡ ਦੇ 2 ਜਿਹੜੇ ਚਸ਼ਮਦੀਦ ਗਵਾਹ ਸੀ ਉਹਨਾਂ ਦਾ ਕਹਿਣਾ ਇਹ ਆਇਆ ਸਾਹਮਣੇ ਕਿ ਉਹ ਨੇੜੇ ਹੀ ਫੁੱਟਬਾਲ ਖੇਡ ਰਹੇ ਸੀ ਅਤੇ ਜਦੋਂ ਉਹਨਾਂ ਨੇ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਮੌਕੇ 'ਤੇ ਪਹੁੰਚ ਗਏ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਉਸ ਨੇ ਹਮਲਾਵਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਭੁਪਿੰਦਰ ਸਿੰਘ ਸਿੱਧੂ ਨਾਂ ਦੇ ਇੱਕ ਚਸ਼ਮਦੀਦ ਨੇ ਇਹ ਵੀ ਦੱਸਿਆ ਕਿ ਉਸ ਨੇ 2 ਹਮਲਾਵਰਾਂ ਨੂੰ ਭੱਜਦੇ ਹੋਏ ਵੀ ਦੇਖਿਆ। ਚਸ਼ਮਦੀਦ ਨੇ ਇਹ ਵੀ ਨਾਲ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣ ਕੇ ਅਸੀਂ ਮੌਕੇ 'ਤੇ ਪਹੁੰਚੇ ਅਤੇ ਉਸ ਨੇ ਆਪਣੇ ਦੋਸਤ ਮਲਕੀਤ ਸਿੰਘ ਨੂੰ ਹਮਲਾਵਰਾਂ ਦਾ ਪਿੱਛਾ ਕਰਨ ਲਈ ਕਿਹਾ ਅਤੇ ਸਿੰਧੂ ਨੇ ਬਾਅਦ ਵਿੱਚ ਪੁਲਿਸ ਨੂੰ ਦੱਸਿਆ ਕਿ ਉਸਨੇ ਨਿੱਜਰ ਦੀ ਛਾਤੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਇਹ ਦੇਖਣ ਲਈ ਵੀ ਹਲਾ ਦਿੱਤਾ ਕਿ ਉਹ ਜ਼ਿੰਦਾ ਜਾਂ ਨਹੀਂ। ਮਲਕੀਤ ਸਿੰਘ ਨੇ ਕੁਝ ਦੂਰੀ ਤੱਕ ਹਮਲਾਵਰਾਂ ਦਾ ਪਿੱਛਾ ਕੀਤਾ ਪਰ ਉਹ ਕਾਰ ਵਿੱਚ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਮਲਕੀਤ ਨੇ ਦਾਅਵਾ ਵੀ ਕੀਤਾ ਕਿ ਹਮਲਾਵਰਾਂ ਤੋਂ ਇਲਾਵਾ ਕਾਰ ਵਿੱਚ 3 ਹੋਰ ਲੋਕ ਵੀ ਬੈਠੇ ਸੀ। ਹਾਲਾਂਕਿ ਰਾਇਲ ਕੈਨੇਡੀਅਨ ਪੁਲਿਸ ਨੇ ਨਿੱਜਰ ਕਤਲਕਾਂਡ ਦੇ 9 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕਿਸੇ ਵੀ ਸ਼ੱਕੀ ਦਾ ਨਾਮ ਜਨਤਕ ਨਹੀਂ ਕੀਤਾ ਅਤੇ ਨਾ ਹੀ ਇਸ ਕਤਲ ਕੇਸ ਵਿੱਚ ਕਿਸੇ ਦੀ ਗ੍ਰਿਫਤਾਰੀ ਹੋਈ ਹੈ। ਨਿੱਜਰ ਦੀ 18 ਜੂਨ 2023 ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰਦੁਆਰੇ ਤੋਂ ਬਾਹਰ ਨਿਕਲਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਿਛਲੇ ਸਾਲ ਸਤੰਬਰ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਧਰਤੀ ਉੱਤੇ ਨਿੱਜਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਵੀ ਲਾਏ ਸਨ। ਹਾਲਾਂਕਿ ਭਾਰਤ ਨੇ ਦੋਸ਼ਾਂ ਨੂੰ ਬੇਤੁਕਾ ਅਤੇ ਬੇਬੁਨਿਆਦ ਕਹਿ ਕੇ ਰੱਦ ਕਰ ਦਿੱਤਾ ਹੈ
ਪਰ ਵਿਦੇਸ਼ ਮੰਤਰਾਲੇ ਮੁਤਾਬਕ ਕੈਨੇਡਾ ਇਸ ਕਤਲ ਉੱਤੇ ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਪਰ ਨਿੱਜਰ ਦੇ ਕਤਲ ਦੇ ਮਾਮਲੇ ਦੇ ਕਾਰਨ ਕੈਨੇਡਾ ਅਤੇ ਭਾਰਤ ਦੇ ਸੰਬੰਧ, ਜਿਹੜੇ ਆਪਸੀ ਸੰਬੰਧ ਸੀ, ਉਹ ਤਣਾਤਣੀ ਵਾਲੇ ਰਹੇ ਕਿ ਜਿਹੜੇ ਹੁਣ ਤੱਕ ਵੀ ਕਿਤੇ ਨਾ ਕਿਤੇ ਤਣਾਤਣੀ ਦੇ ਮਾਹੌਲ 'ਚ ਹੀ ਨੇ। ਪਰ ਅਜੇ ਤੱਕ ਸੰਬੰਧਾਂ ਦੇ ਵਿੱਚ ਜ਼ਿਆਦਾ ਕੋਈ ਸੁਧਾਰ ਨਹੀਂ ਆ ਸਕਿਆ। ਬੇਸ਼ੱਕ ਕੁਝ ਸੇਵਾਵਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਸੀ ਨੇ, ਉਹ ਚਲਾ ਦਿੱਤੀਆਂ ਗਈਆਂ ਨੇ, ਪਰ ਡਿਪਲੋਮੈਟਾਂ ਨੂੰ ਆਪਣੇ ਆਪਣੇ ਦੇਸ਼ ਵਾਪਸ ਬੁਲਾ ਲਿਆ ਗਿਆ ਸੀ। ਹੁਣ ਨਿੱਜਰ ਦੇ ਕਤਲ ਦਾ ਵੀਡੀਓ ਪੇਸ਼ ਹੋਣ ਦੇ ਨਾਲ ਦੁਬਾਰਾ ਫਿਰ ਇਹ ਮਾਮਲਾ ਭਖਦਾ ਹੋਇਆ ਜਾਪ ਰਿਹਾ ਹੈ।